ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ, ਆਵਾਜ਼ ਤੁਹਾਡੀ, ਕਲਮ ਸਾਡੀ। ਬਲਾਕ ਰਈਆਂ ਦੇ ਪਿੰਡ ਪਿੰਡਰ ਦੇ ਉੱਗੇ ਅਕਾਲੀ ਆਗੂ ਨੇ ਰਈਆ ਵਿਖੇ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਦੀ ਹਾਜ਼ਰੀ ਵਿੱਚ ਥਾਣਾ ਖਿਲਚੀਆਂ ਦੀ ਪੁਲਿਸ ਅਤੇ ਸੀਨੀਅਰ ਕਾਂਗਰਸੀ ਆਗੂ ਦੀ ਕਥਿਤ ਸ਼ਹਿ 'ਤੇ ਆਪਣੇ ਲੜਕੇ 'ਤੇ ਨਜਾਇਜ਼ ਅਸਲੇ ਦਾ ਪਰਚਾ ਕਰਾਏ ਜਾਣ ਦਾ ਕਥਿਤ ਤੌਰ 'ਤੇ ਦੋਸ਼ ਲਗਾਇਆ ਹੈ। ਉਹਨਾਂ ਦੱਸਿਆ ਕਿ ਮੈਂ ਅਤੇ ਮੇਰੇ ਪਿਤਾ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਵਜੋਂ ਵਿਚਰ ਰਹੇ ਹਨ ਅਤੇ ਕਾਂਗਰਸੀ ਆਗੂਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਇਸੇ ਖਦਸ਼ੇ ਕਰਕੇ ਮੈਂ DGP ਪੰਜਾਬ ਅਤੇ ਚੀਫ਼ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਅਗਾਓਂ ਦਰਖਾਸਤਾਂ ਵੀ ਲਿਖ ਚੁੱਕਾ ਹਾਂ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਪੰਜਾਬ ਅਮਰਿੰਦਰ ਸਿੰਘ, DGP ਪੰਜਾਬ ਅਤੇ SSP ਅੰਮ੍ਰਿਤਸਰ ਦਿਹਾਤੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੇ ਇਸ ਧੱਕੇਸ਼ਾਹੀ ਖਿਲਾਫ਼ ਕਾਂਗਰਸੀ ਆਗੂਆਂ, ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ, ਇਸ ਲਈ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ। ਉਹਨਾਂ ਕਿਹਾ ਕਿ ਜੇ ਹਰਪ੍ਰੀਤ ਸਿੰਘ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੜਕਾਂ 'ਤੇ ਉਤਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਜੀ, ਜਦੋਂ ਦੀ ਕਾਂਗਰਸ ਸਰਕਾਰ ਬਣੀ ਆ, ਖਾਸ ਕਰਕੇ ਸਾਡੇ ਪਿੰਡ ਪਿੰਡਰਾਂ ਵਿੱਚ ਬਹੁਤ ਹੀ ਧੱਕੇਸ਼ਾਹੀਆਂ ਹੋ ਰਹੀਆਂ ਹਨ। ਬਲਕਿ ਮੇਰੇ 'ਤੇ ਨਹੀਂ, ਸ਼ੁਰੂ ਦੇ ਵਿੱਚ ਮੇਰੇ ਬੇਟੇ 'ਤੇ ਜਦੋਂ ਇਲੈਕਸ਼ਨ ਸੀ ਉਹਦੇ ਵਿੱਚ ਇਹਨਾਂ ਇੱਕ ਵੈਰਵਾਲ ਥਾਣੇ ਵਿੱਚ ਝੂਠਾ ਪਰਚਾ ਦਰਜ ਕਰਵਾਇਆ ਗਿਆ। ਜੋ ਉਹਦੇ ਸੰਬੰਧ ਵਿੱਚ ਬਾਅਦ ਵਿੱਚ ਮੈਂ ਮਾਨਯੋਗ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ, ਪਰ ਇਹ ਫਿਰ ਨਹੀਂ ਟਲੇ। ਇਹਨਾਂ ਫਿਰ ਤੀਸਰੇ 14 ਮਾਰਚ ਦੇ ਕਰੀਬ ਇਹਨਾਂ ਹਾਈਵੇ ਵਿੱਚ ਫਿਰ ਪਰਚਾ ਦਰਜ ਕਰਾ ਦਿੱਤਾ। ਜਦੋਂ ਉਦੋਂ ਮੇਰੇ ਬੇਟੇ ਦੀ ਉਮਰ ਕੋਈ 17 ਸਾਲ ਸੀ। ਫਿਰ ਮੈਂ ਮਾਨਯੋਗ ਹਾਈ ਕੋਰਟ ਨੂੰ ਫਿਰ ਇੱਕ ਲੈਟਰ ਲਿਖਿਆ ਕਿ ਮੇਰੇ ਬੇਟੇ 'ਤੇ ਫਿਰ ਨਜਾਇਜ਼ ਇਹਨਾਂ ਪਰਚਾ ਦਰਜ ਕਰਾ ਦਿੱਤਾ ਹੈ। ਫਿਰ ਇਹਨਾਂ ਥਾਣੇ ਵਿੱਚ ਜੋ ਇਨਕੁਆਇਰੀ ਵੀ ਆਈ, ਕਿਉਂਕਿ ਪੁਲਿਸ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦੀ ਹੀ ਪੁਲਿਸ ਹੁੰਦੀ ਆ, ਉਹ ਮਿਲੀ ਭੁਗਤ ਕਰਕੇ ਮੁੜ ਕੇ ਮੇਰਾ ਕੁਝ ਨਹੀਂ ਬਣਿਆ। ਕਾਂਗਰਸ ਸਥਿਤੀ ਆ ਇੰਨੀ ਡਾਊਨ ਹੋ ਗਈ ਆ ਕਿ ਇਹ ਕੀ ਬਣਿਆ ਹੈ। ਪਰ ਇਹਨੇ ਕਿਹਾ ਕਿ ਜਦੋਂ ਸੰਡਾ ਹੀ ਮਰ ਜੇ ਤਾਂ ਜੂਆਂ ਦੇ ਆਪੇ ਮਰ ਜਾਂਦੀਆਂ ਨੇ। ਪਰ ਇਹਨੇ 13 ਤਰੀਕ ਨੂੰ ਰੈਲੀ ਸੀ, 15 ਤਰੀਕ ਨੂੰ ਸ਼ਾਮ ਨੂੰ ਇਹਨਾਂ ਮੇਰੇ ਬੇਟੇ ਦੀ ਗੱਡੀ ਘੇਰ ਕੇ ਥਾਣੇ ਵਿੱਚ ਬੰਦ ਕਰਕੇ ਪੁਲਿਸ 'ਤੇ ਇੰਨਾ ਪ੍ਰੈਸ਼ਰ ਪਾਇਆ ਕਿ ਇਹਨਾਂ ਨੂੰ ਪਹਿਲਾਂ ਕੁੱਟਿਆ ਮਾਰਿਆ ਜਾਵੇ। ਬੇਟੇ ਮੇਰੇ ਨਾਲ ਕਰਨਵੀਰ ਸਿੰਘ ਜੀ, ਉਹਨਾਂ ਨੂੰ ਕੁੱਟਿਆ ਮਾਰਿਆ। ਮੁਨਸ਼ੀ ਜਿਹੜਾ ਉੱਥੋਂ ਦਾ ਥਾਣੇ ਦਾ, ਉਹ ਇੱਕ ਕਾਂਗਰਸ ਦੀ ਕੱਠਪੁਤਲੀ ਬਣਿਆ ਹੋਇਆ ਵਾ। ਫਿਰ ਬਾਅਦ ਵਿੱਚ ਜੋ SSO ਸਾਹਿਬ ਸੀ ਉਹਨਾਂ ਦੀ ਕੋਈ ਵਿਵਾਹ ਪੇਸ਼ ਨਹੀਂ ਜਾਣਦੀ। ਫਿਰ 9:30 ਵਜੇ ਦੇ ਕਰੀਬ DSP ਬਾਬਾ ਬਕਾਲਾ ਸਾਹਿਬ ਉੱਥੇ ਆ ਪਹੁੰਚੇ। ਪਹੁੰਚ ਕੇ ਜੋ ਮੇਰਾ ਲੜਕਾ ਵਾ ਉਹਦੇ ਨਾਲ ਜੋ ਹੋਰ ਵਿਚਾਰੇ ਬੰਦੇ ਸੀ ਦੋ ਨਾਲ, ਇੱਕ ਠੱਠੀਆਂ ਦਾ ਸੀ ਸਾਡੇ ਹਲਕੇ ਦੇ, ਉਹਨਾਂ ਨੂੰ ਬਾਹਰ ਕੱਢਿਆ, ਕੁੱਟਿਆ ਮਾਰਿਆ। ਇੱਕ ਜਦੋਂ ਮੁਨਸ਼ੀ ਸਾਹਿਬ ਨੂੰ ਮੇਰੇ ਬੇਟੇ ਨੇ ਕਿਹਾ ਚੀਜ਼ ਨਹੀਂ ਹੈਗੀ, ਸਾਨੂੰ ਕੀ ਕਰਨ ਨੂੰ ਲਿਆਂਦਾ ਵਾ, ਉਹਨੇ ਕਿਹਾ ਕੋਈ ਨਹੀਂ ਪਿਸਟਲ ਆ ਰਿਹਾ ਵਾ। ਜੋ DSP ਸਾਹਿਬ ਬਾਬਾ ਬਕਾਲਾ ਨੇ ਪਿਸਟਲ ਖੜ ਕੇ ਉਹਨਾਂ ਉੱਤੇ ਫਿੱਟ ਕੀਤਾ ਅਤੇ ਉਹਨਾਂ ਨੂੰ ਕੁੱਟਿਆ ਮਾਰਿਆ ਅਤੇ ਅੱਜ ਇਹ ਜੇਲ੍ਹ ਵਿੱਚ ਬੰਦ ਹਨ। ਮੈਂ ਇਹ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਸਰਕਾਰ ਆ ਜੋ ਇਹ
MLA ਆ ਜਾਂ ਇਹ ਤੁਸੀਂ ਲੀਡਰ ਬਣਾਏ ਆ, ਇਹ ਇਸ ਕਰਕੇ ਬਣਾਏ ਆ ਕਿ ਲੋਕਾਂ ਨੂੰ ਕੁੱਟਣ, ਝੂਠੇ ਪਰਚੇ ਦਰਜ ਕਰਨ। ਹੋਰ ਇੱਕ ਮੈਂ ਹੋਰ ਤੁਹਾਨੂੰ ਨਵੀਂ ਮਿਸਾਲ ਦਿੰਦਾ, ਇਸ ਹਲਕੇ ਦੇ ਵਿੱਚ ਸਾਡੇ ਪਿੰਡ ਵਿੱਚ ਹੀ ਜੇ ਲੂਣ ਲੈਣਾ ਹੋਵੇ ਬਹੁਤ ਔਖਾ, ਮੈਨੂੰ ਸ਼ਾਇਦ ਦੂਰੋਂ ਜਾਣਾ ਪਵੇ, ਜੇ ਸਮੈਗ ਲੈਣੀ ਹੋਵੇ ਤਾਂ 2 ਮਿੰਟਾਂ ਵਿੱਚ ਮਿਲ ਜਾਂਦੀ ਆ। ਕੀ ਇਹਦਾ ਲੀਡਰ ਆ ਸਾਡੇ ਹਲਕੇ ਦੇ, ਇਹ ਮਹੀਨਾ ਲੈਣ ਰਹੇ ਆ ਪੁਲਿਸ ਦੇ, ਪੂਰਾ ਦਬਾਅ ਇਹਨਾਂ ਦਾ, ਇਹ ਸਭ ਕੁਝ ਕਰਨ ਰਹੇ ਆ। ਜੇ ਕਹੋ ਤਾਂ ਅਸੀਂ ਮੀਡੀਆ ਦੇ ਵਿੱਚ ਪੇਸ਼ ਕਰ ਸਕਦੇ ਹਾਂ, ਹੁਣੇ ਸਮੈਕ ਇਸ ਬੰਦਾ ਕਰਦੇ ਹਾਂ, ਹੁਣੇ ਸਮੈਕ ਮਿਲ ਜੂਗੀ। ਕੀ ਮੰਗ ਕਰਦੇ? ਅਸੀਂ ਇਹ ਮੰਗ ਕਰਦੇ ਹਾਂ ਕਿ ਇੱਕ ਜੋ ਜੇ ਝੂਠੇ ਪਰਚੇ ਕਰਦੇ ਆ ਇਹ ਬੰਦ ਕੀਤੇ ਜਾਣ। ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ, ਇਹਨਾਂ ਨੂੰ ਦਬਾਇਆ ਜਾ ਰਿਹਾ, ਧਮਕਾਇਆ ਜਾ ਰਿਹਾ ਅਤੇ ਇਹਨਾਂ ਦੇ ਬੱਚਿਆਂ 'ਤੇ ਨਜਾਇਜ਼ ਜਿਹੜੇ ਪਰਚੇ ਕੀਤੇ ਜਾ ਰਹੇ, ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਤਾਂ ਕਿ ਕਾਂਗਰਸ ਪਾਰਟੀ ਜਿਹੜੀ ਇਹਨਾਂ ਨੂੰ ਉਹਦੇ ਜਿਉਣ ਕਰਨ। ਪਰ ਇਹ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਹੋਏ ਆ ਅਤੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ, ਜਿਵੇਂ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਪਿਛਲੇ ਦਿਨੀ 13 ਤਰੀਕ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜੀਆਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਸੀ ਉਹਦੇ ਸੰਬੰਧ ਵਿੱਚ ਇਹ ਬੱਸ ਭਰ ਕੇ ਪਿੰਡੋਂ ਅਕਾਲੀ ਵਰਕਰਾਂ ਦੀ ਉੱਥੇ ਲੈ ਕੇ ਆਏ ਅਤੇ ਉਸੇ ਬਖਲਾਹਟ 'ਚ ਆ ਕੇ ਇਹਨਾਂ ਦੇ ਪਿੰਡ ਦੇ ਨਿੱਜੀ ਜਿਹੜੇ ਲੀਡਰ ਬੱਚੇ ਦੇ ਖਿਲਾਫ਼ ਫਿਰ ਨਜਾਇਜ਼ ਅਸਲਾ ਉੱਤੇ ਪਵਾ ਕੇ ਅਤੇ ਅੱਜ ਫਿਰ ਉਹਨੂੰ ਜੇਲ੍ਹ 'ਚ ਭੇਜਤਾ। ਅਤੇ ਅਸੀਂ ਜਿੱਥੇ ਇਹਨਾਂ ਲੀਡਰਾਂ ਨੂੰ ਵੀ ਚੇਤਾਵਨੀ ਵੀ ਦਿੰਦੇ ਹਾਂ, ਪੁਲਿਸ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਹਾਂ ਕਿ ਬਾਜ਼ ਆ ਜਾਣ, ਸਮਾਂ ਥੋੜ੍ਹਾ ਰਹਿ ਗਿਆ। ਇਹ ਜਿਹੜੀਆਂ ਕੋਝੀਆਂ ਹਰਕਤਾਂ ਕਰਕੇ ਇੱਦਾਂ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਇਆ ਨਹੀਂ ਜਾ ਸਕਦਾ। ਅਸੀਂ ਜਿੱਥੇ ਕਿਤੇ ਵੀ ਲੋੜ ਪਈ ਅਸੀਂ ਹਰ ਇੱਕ ਤਰੀਕੇ ਨਾਲ ਆਪਣੇ ਵਰਕਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਜਿੱਥੇ ਕਿਤੇ ਵੀ ਸਾਨੂੰ ਜਾਣ ਦੀ ਲੋੜ ਪਈ, ਕੋਈ ਥਾਣੇ ਦਾ ਘਿਰਾਓ ਕਰਨ ਦੀ ਲੋੜ ਪਈ, ਅਸੀਂ ਹਮੇਸ਼ਾ ਵਰਕਰਾਂ ਦੇ ਨਾਲ ਖੜ੍ਹੇ ਹਾਂ ਅਤੇ ਆਉਣ ਵਾਲੇ ਸਮੇਂ 'ਚ ਵੀ ਖੜ੍ਹੇ ਰਹਾਂਗੇ। ਅਤੇ ਦੁਬਾਰਾ ਫਿਰ ਮੈਂ ਇਹਨਾਂ ਲੀਡਰਾਂ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਜਿਹੜੀ ਚੇਤਾਵਨੀ ਦਿੰਦਾ ਕਿ ਇਹਨਾਂ ਹਰਕਤਾਂ ਤੋਂ ਬਾਜ਼ ਆ ਜਾਣ, ਅਸੀਂ ਗਲਤ ਕੰਮ ਨਾ ਤਾਂ ਕੀਤਾ ਅਤੇ ਨਾ ਗਲਤ ਕੰਮ ਹੋਣ ਦੇਣਾ। ਵਾਇਸ ਆਫ ਪੰਜਾਬ ਲਈ ਅੰਮ੍ਰਿਤਸਰ ਤੋਂ ਪ੍ਰਗਟ ਸਿੰਘ ਦੀ ਰਿਪੋਰਟ।